ਦੋਸਤੋ, ਪੰਜਾਬੀ ਸਿਨੇਮਾ ਫਾਰ ਯੂ ਅਤੇ ਇਕਬਾਲ ਸਿੰਘ ਚਾਨਾ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅਤੇ ਅੱਜ ਮੈਂ ਸਮੀਖਿਆ ਕਰਨ ਜਾ ਰਿਹਾ ਹਾਂ ਪਿਛਲੇ ਹਫ਼ਤੇ ਰਿਲੀਜ਼ ਹੋਈ ਫਿਲਮ ਬਲੈਕੀਆ 2 ਦੀ। ਦੋਸਤੋ, ਬਲੈਕੀਆ 2 ਨੇ ਨਿਰਾਸ਼ ਕੀਤਾ ਹੈ। ਜੇ ਇਸ ਫਿਲਮ ਦੀ ਤੁਹਾਨੂੰ ਬਹੁਤ ਜ਼ਿਆਦਾ ਉਮੀਦ ਹੋਵੇ ਅਤੇ ਉਹ ਆਸ 'ਤੇ ਪੂਰੀ ਨਾ ਉਤਰੇ ਤਾਂ ਨਿਰਾਸ਼ਤਾ ਹੋਣੀ ਤਾਂ ਸੁਭਾਵਿਕ ਹੁੰਦੀ ਆ। ਮੈਂ ਦੇਵ ਖਰੌੜ ਦਾ ਫੈਨ ਹਾਂ, ਐਕਟਰ ਵਧੀਆ ਹੈ, ਪਰ ਇਹ ਫਿਲਮ ਵਧੀਆ ਨਹੀਂ ਬਣ ਪਾਈ, ਇੰਜ ਮੇਰਾ ਸੋਚਣਾ ਹੈ। ਦੋਸਤੋ, ਇਸ ਤੋਂ ਪਹਿਲਾਂ ਕਿ ਮੈਂ ਫਿਲਮ ਦੀ ਸਮੀਖਿਆ ਸ਼ੁਰੂ ਕਰਾਂ, ਮੇਰੀ ਸਾਡੇ ਨਵੇਂ ਵਿਊਅਰ ਨੂੰ ਬੇਨਤੀ ਹੈ ਕਿ ਇਹ ਵੀਡੀਓ ਖਤਮ ਹੁੰਦਿਆਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸਬਸਕ੍ਰਾਈਬ 'ਤੇ ਕਲਿੱਕ ਕਰਕੇ ਫਿਰ ਘੰਟੀ ਜਿਹੀ ਆਉਣੀ ਆ, ਉਹਦੇ 'ਤੇ ਉਂਗਲੀ ਲਾ ਦੇਣੀ ਆ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਾਡਾ ਚੈਨਲ ਲੱਭਣਾ ਨਹੀਂ ਪਿਆ ਕਰਨਾ, ਤੁਸੀਂ ਸਾਡਾ ਸਬਸਕ੍ਰਾਈਬਰ ਬਣ ਜਾਣਾ ਆ ਅਤੇ ਸਾਡਾ ਹਰ ਵੀਡੀਓ ਅਪਲੋਡ ਹੁੰਦਿਆਂ ਹੀ ਉਹਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾ ਕਰਨੀ ਆ। ਅਤੇ ਅਸੀਂ ਅਤੇ ਤੁਸੀਂ ਪੰਜਾਬੀ ਸਿਨੇਮੇ ਬਾਰੇ ਗੱਲਾਂ ਕਰਦਿਆਂ ਰਹਿਣਾ ਹੈ, ਸੱਚੀਆਂ ਗੱਲਾਂ। ਦੋਸਤੋ, ਮੈਂ ਇਹ ਦੱਸ ਦਵਾਂ ਕਿ ਸਾਡਾ ਇਹ ਚੈਨਲ ਇੱਕੋ ਹੀ ਇੱਕ ਪੰਜਾਬੀ ਦਾ ਚੈਨਲ ਹੈ ਜਿਹੜਾ ਸੱਚ ਬੋਲਦਾ ਹੈ, ਜਿਹੜਾ ਬਰਗਰ, ਸਮੋਸੇ ਅਤੇ ਕੈਂਪੇ ਕੋਲੇ ਪੀ ਕੇ ਫਿਲਮਾਂ ਦੀਆਂ ਤਾਰੀਫਾਂ ਦੇ ਪੁੱਲ ਨਹੀਂ ਬਣਦਾ, ਜੋ ਸੱਚ ਹੈ ਉਹ ਤੁਹਾਡੇ ਅੱਗੇ ਰੱਖਦਾ ਹੈ। ਤੁਸੀਂ ਕਮੈਂਟ ਵਿੱਚ ਜਾ ਕੇ ਫਿਲਮ ਬਾਰੇ ਆਪਣੇ ਵਿਚਾਰ ਵੀ ਦਿਆ ਕਰੋ, ਸਾਨੂੰ ਜਿਹੜੇ ਦਰਸ਼ਕਾਂ ਦੇ ਵਿਚਾਰ ਵਧੀਆ ਲੱਗਿਆ ਕਰਨਗੇ ਉਹਨਾਂ ਲਈ ਅਸੀਂ ਇੱਕ ਸਪੈਸ਼ਲ ਫੀਚਰ ਬਣਾ ਦਿੱਤਾ ਹੈ, ਦਰਸ਼ਕ ਬੋਲਦਾ ਹੈ। ਕਿਉਂਕਿ ਅੱਜ ਕੱਲ੍ਹ ਹਰ ਦਰਸ਼ਕ ਜਿਹੜਾ ਆ ਉਹ ਸਮੀਖਿਆਕਾਰ ਵੀ ਬਣਿਆ ਆ, ਅਤੇ ਅਸੀਂ ਉਹਨਾਂ ਦੀ ਰਾਏ ਵੀ ਲੋਕਾਂ ਅੱਗੇ ਰੱਖਿਆ ਕਰਾਂਗੇ। ਬਸ ਤੁਸੀਂ ਜਾਣ ਤੋਂ ਪਹਿਲਾਂ ਘੰਟੀ 'ਤੇ ਉਂਗਲ ਲਾਉਣੀ ਨਹੀਂ ਭੁੱਲਣੀ। ਦੋਸਤੋ, ਹੁਣ ਮੈਂ ਆਉਂਦਾ ਹਾਂ ਫਿਲਮ ਬਲੈਕੀਆ 2 ਦੀ ਸਮੀਖਿਆ ਵੱਲ। ਬੀਤੇ ਸ਼ੁੱਕਰਵਾਰ ਇਹ ਫਿਲਮ ਲੱਗੀ ਹੈ। ਇਸ ਤੋਂ ਪਹਿਲਾਂ 2019 ਵਿੱਚ ਵੀ ਬਲੈਕੀਆ ਫਿਲਮ ਆਈ ਸੀ, ਕਮਰਸ਼ੀਅਲੀ ਬੜੀ ਸਟਰੋਂਗ ਫਿਲਮ ਸੀ ਅਤੇ ਦੇਵ ਖਰੌੜ ਦਾ ਕੰਮ ਵੀ ਕਮਾਲ ਦਾ ਸੀ। ਮੈਂ ਉਸ ਵੇਲੇ ਆਪਣੇ ਕਾਲਮ ਵਿੱਚ ਲਿਖਿਆ ਸੀ ਕਿ ਦੇਵ ਖਰੌੜ ਪੰਜਾਬੀ ਸਿਨੇਮੇ ਦਾ ਐਂਗਰੀ ਯੰਗ ਮੈਨ ਹੈ। ਲੇਕਿਨ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ, ਸਕ੍ਰਿਪਟ ਉਹੋ ਜਿਹਾ ਚੁਣ ਲਿਆ ਜਾਂ ਫਿਲਮਾਂ ਫਟਾਫਟ ਕਰਨ ਦੀ ਕਾਹਲੀ ਕਰ ਲਈ ਅਤੇ ਉਹਦੀਆਂ ਫਿਲਮਾਂ ਲਗਾਤਾਰ ਫਲੋਪ ਹੁੰਦੀਆਂ ਗਈਆਂ। ਪਿਛਲੇ ਸਾਲ ਆਈ ਫਿਲਮ ਮੌੜ ਵਿੱਚ ਉਹਦਾ ਰੋਲ ਕਮਾਲ ਦਾ ਸੀ। ਫਿਲਮ ਹਾਲਾਂਕਿ ਬਹੁਤੀ ਨਹੀਂ ਚੱਲੀ ਪਰ ਦੇਵ ਖਰੌੜ ਦਾ ਰੋਲ ਘੈਂਟ ਸੀ, ਉਹਨੇ ਕੰਮ ਕਮਾਲ ਦਾ ਕੀਤਾ ਸੀ ਅਤੇ ਮੈਨੂੰ ਲੱਗਿਆ ਸੀ ਵੀ ਯਾਰ ਵਾਕਿਆ ਇਹ ਪੰਜਾਬੀ ਸਿਨੇਮੇ ਦਾ ਮਰਦ ਹੀਰੋ ਆ। ਅਤੇ ਬਲੈਕੀਆ 2 ਬਾਰੇ ਵੀ ਮੈਨੂੰ ਲੱਗਦਾ ਸੀ ਕਿ ਇਹ ਫਿਲਮ ਦੇਵ ਖਰੌੜ ਦੇ ਮੋਢਿਆਂ ਉੱਤੇ ਕਮਾਲ ਦਾ ਬਿਜ਼ਨਸ ਕਰੂਗੀ, ਲੋਕਾਂ ਨੂੰ ਬੜੀ ਪਸੰਦ ਆਏਗੀ। ਕਿਉਂਕਿ ਪਹਿਲੀ ਬਲੈਕੀਆ ਦੇ ਸਫਲ ਹੋਣ ਦਾ ਵੀ ਸਾਰਾ ਕ੍ਰੈਡਿਟ ਸਾਡੇ ਹੀਰੋ ਨੂੰ ਜਾਂਦਾ ਸੀ ਅਤੇ ਨਾਲ ਲੱਗਦਿਆਂ ਹੀ ਇਸ ਫਿਲਮ ਦਾ ਡਾਇਰੈਕਟਰ ਨਵਨੀਤ ਸਿੰਘ ਸੀ, ਉਹਨੇ ਵੀ ਬੜੀਆਂ ਵਧੀਆ ਫਿਲਮਾਂ ਦਿੱਤੀਆਂ ਹਨ, ਹਿੱਟ ਫਿਲਮਾਂ ਵੀ ਦਿੱਤੀਆਂ ਹਨ, ਕੁਛ ਚੱਲੀਆਂ ਵੀ ਨਹੀਂ, ਇਹ ਤਾਂ ਹੁੰਦਾ ਹੀ ਆ, ਸਾਰੀਆਂ ਫਿਲਮਾਂ ਨਹੀਂ ਚੱਲਦੀਆਂ। ਅਤੇ ਤੀਜਾ ਉਹਨਾਂ ਦੇ ਡੈਡੀ ਹਰਮੀਤ ਸਿੰਘ, ਉਹ ਫਿਲਮ ਦੇ DOP ਸਨ। ਹਰਮੀਤ ਹੋਰੀ ਸਾਡੇ ਪੁਰਾਣੇ ਯਾਰ ਹਨ ਅਤੇ ਬੜੀਆਂ ਵੱਡੀਆਂ ਵੱਡੀਆਂ ਹਿੰਦੀ ਫਿਲਮਾਂ ਦੇ ਉਹ DOP ਰਹਿ ਚੁੱਕੇ ਹਨ। ਫਿਲਮ ਦੀ ਕਾਸਟ ਬੜੀ ਲੰਬੀ ਚੌੜੀ ਸੀ ਪਰ ਦੋਸਤੋ ਫਿਲਮ ਵੇਖੀ ਤਾਂ ਇਹ ਸਾਰਾ ਜਲੌ ਹੁੰਦਿਆਂ ਵੀ ਫਿਲਮ ਨੇ ਨਿਰਾਸ਼ ਕੀਤਾ ਹੈ, ਕਿਉਂਕਿ ਫਿਲਮ ਦੀ ਨੀਂਹ ਮਜ਼ਬੂਤ ਨਹੀਂ ਸੀ, ਫਿਲਮ ਦਾ ਸਕ੍ਰਿਪਟ ਕਮਜ਼ੋਰ ਸੀ, ਇੱਧਰੋਂ ਉੱਧਰੋਂ ਟੁਕੜੇ ਜੋੜ ਕੇ ਫਿਲਮ ਬਣਾ ਲਈ ਗਈ, ਪੰਜਾਬ ਵਾਲਾ ਕੋਈ ਟੱਚ ਨਹੀਂ ਸੀ, ਮਦਰਾਸੀ ਜਿਹੀਆਂ ਫਾਈਟਾਂ ਦਿਖਾ ਦਿੱਤੀਆਂ ਗਈਆਂ, ਹੁਣ ਆਪਾਂ ਇੱਥੇ ਕੀ ਕਰ ਸਕਦੇ ਹਾਂ। ਦੋਸਤੋ, ਫਿਲਮ ਦੀ ਕਹਾਣੀ ਦੇਵ ਖਰੌੜ ਨੇ ਖੁਦ ਲਿਖੀ ਹੈ, ਕੀ ਲੋੜ ਆ ਇਹੋ ਜਿਹੇ ਕੰਮ ਕਰਨ ਦੀ, ਤੁਸੀਂ ਐਕਟਰ ਬਣੋ, ਤੁਸੀਂ ਕਹਾਣੀ ਲਿਖਣ ਦੀ ਬਜਾਏ ਕਹਾਣੀ ਦੀ ਚੋਣ ਵੱਲ ਆਪਣਾ ਧਿਆਨ ਦਿਓ, ਜਦ ਇੱਕ ਹੀਰੋ ਕਹਾਣੀ ਲਿਖੂਗਾ ਤੇ ਉਹਨੂੰ ਇਹ ਲੱਗਣਾ ਆ ਵੀ ਮੈਂ ਚਾਹੀਦਾ ਆ, ਫਿਲਮ ਤਾਂ ਮੇਰੇ ਸਿਰ ਤੇ ਚੱਲਣੀ ਆ, ਤੇ ਇਸ ਕਰਕੇ ਉਹ ਸਕ੍ਰਿਪਟ ਨਾਲ ਕੋਈ ਬਹੁਤਾ ਇਨਸਾਫ ਨਹੀਂ ਕਰ ਸਕਦਾ। ਪਹਿਲਾਂ ਅਸੀਂ ਹਿੰਦੀ ਫਿਲਮਾਂ ਵਿੱਚ ਦੇਖਦੇ ਹੁੰਦੇ ਸੀ, ਪੱਤਰਕਾਰੀ ਦੇ ਦੌਰ ਵਿੱਚ ਵੱਡੇ ਐਕਟਰ ਇਹ ਕਹਿੰਦੇ ਹੁੰਦੇ ਸੀ ਵੀ ਮੇਰੇ ਮੋਹਰੇ ਕਿਹੜੇ ਕਿਹੜੇ ਐਕਟਰ ਆ, ਮੇਰੇ ਮੋਹਰੇ ਤਾਂ ਅਮਰੀਸ਼ ਪੁਰੀ ਚਾਹੀਦਾ ਆ, ਮੇਰੇ ਸਾਹਮਣੇ ਤਾਂ ਪ੍ਰੇਮ ਨਾਥ ਹੋਊਗਾ ਤਾਂ
ਤਾਂ ਟੱਕਰ ਜ਼ਬਰਦਸਤ ਹੋਊ। ਪਰ ਪੰਜਾਬੀ ਫਿਲਮਾਂ ਵਿੱਚ ਤਾਂ ਮੈਂ ਇਹ ਦੇਖਦਾ ਹਾਂ ਵੀ ਹੀਰੋ ਇਹ ਚਾਹੁੰਦਾ ਆ ਬਸ ਉਹ ਹੀ ਉਹ ਹੋਵੇ, ਬਾਕੀ ਕੁਛ ਨਾ ਹੋਵੇ। ਇਸ ਲਈ ਕਈ ਵਾਰੀ ਬਹੁਤ ਸਾਰੇ ਵਧੀਆ ਐਕਟਰ ਵੀ ਕਈ ਫਿਲਮਾਂ ਵਿੱਚ ਵੇਸਟ ਹੋ ਜਾਂਦੇ ਹਨ, ਇਸ ਫਿਲਮ ਵਿੱਚ ਵੀ ਹੋਏ ਹਨ। ਅਤੇ ਦੋਸਤੋ, ਫਿਲਮ ਦੀ ਕਹਾਣੀ ਦਾ ਪਹਿਲੀ ਕਹਾਣੀ ਨਾਲ ਤਾਂ ਕੋਈ ਤਾਲੁਕਾਤ ਨਹੀਂ ਹੈ, ਕਿਉਂਕਿ ਪਹਿਲੀ ਬਲੈਕੀਆ ਵਿੱਚ ਤਾਂ ਹੀਰੋ ਮਰ ਜਾਂਦਾ ਸੀ। ਤਾਂ ਫਿਲਮ ਦੀ ਪ੍ਰਸਿੱਧੀ ਨੂੰ ਵੇਖ ਕੇ ਇਹਨਾਂ ਨੇ ਬਲੈਕੀਆ 2 ਟਾਈਟਲ ਰੱਖ ਲਿਆ ਆ, ਪਰ ਪੁਰਾਣੀ ਬਲੈਕੀਆ ਨਾਲ ਇਸ ਫਿਲਮ ਦਾ ਕੋਈ ਸੰਬੰਧ ਨਹੀਂ ਹੈ। ਇਸ ਫਿਲਮ ਵਿੱਚ ਬਲੈਕੀਆਂ ਦਾ ਇੱਕ ਖਾਨਦਾਨ ਜਿਹਾ ਹੀ ਦਿਖਾਇਆ ਹੋਇਆ ਆ, ਔਰ ਫਿਲਮ ਦੀ ਕਹਾਣੀ ਗਾਮੇ ਬਲੈਕੀਆ ਦੁਆਲੇ ਘੁੰਮਦੀ ਆ। ਗੁਰਨਾਮ ਸਿੰਘ ਗਾਮਾ ਜਿਹੜਾ ਬਹੁਤ ਵੱਡਾ ਸਮਗਲਰ ਹੈ, ਫਿਰ ਉਹ ਸਿਆਸਤ ਵਿੱਚ ਵੀ ਆ ਜਾਂਦਾ ਆ ਅਤੇ ਅੰਤ ਵਿੱਚ ਆਪਣੇ ਬਲੈਕੀਏ ਮੁੰਡੇ ਨੂੰ ਗੋਲੀ ਵੀ ਮਾਰ ਦਿੰਦਾ ਆ। ਦੇਵ ਖਰੋੜ ਦੀਆਂ ਫਿਲਮਾਂ ਵਿੱਚ ਬਹੁਤੀ ਵਾਰੀ ਵੇਖੀਦਾ ਕਿ ਉਸਨੇ ਰੋਬਿਨਹੁੱਡ ਟਾਈਪ ਕੰਮ ਕੀਤੇ ਹਨ, ਉਹ ਲੋਕਾਂ ਦਾ ਭਲਾ ਵੀ ਕਰਦਾ ਆ। ਇਸ ਫਿਲਮ ਵਿੱਚ ਵੀ ਲੋਕਾਂ ਦਾ ਭਲਾ ਕਰਦਿਆਂ ਦੱਸਿਆ ਗਿਆ ਆ, ਪਰ ਕੇਵਲ ਡਾਇਲਾਗਾਂ ਰਾਹੀਂ ਦੱਸ ਦਿੱਤਾ ਗਿਆ ਆ, ਪ੍ਰੈਕਟੀਕਲੀ ਕੁਛ ਨਹੀਂ ਦਿਖਾਇਆ ਵੀ ਉਹ ਕਿਵੇਂ ਸਮਗਲਿੰਗ ਕਰਦਾ ਆ ਅਤੇ ਕਿਵੇਂ ਲੋਕਾਂ ਦੇ ਦੁੱਖਾਂ ਤਕਲੀਫਾਂ ਵਿੱਚ ਸ਼ਰੀਕ ਹੁੰਦਾ ਆ, ਕਿਵੇਂ ਉਹਨਾਂ ਦੀ ਮਦਦ ਕਰਦਾ ਹੈ, ਇਹ ਕੁਛ ਨਹੀਂ ਵਿਖਾਇਆ ਗਿਆ। ਬਸ ਕਿਹਾ ਹੀ ਗਿਆ ਹੈ ਕਿ ਇਹ ਲੋਕਾਂ ਦੀ ਮਦਦ ਕਰਦਾ ਆ। ਦੇਵ ਖਰੋੜ ਤੋਂ ਇਲਾਵਾ ਫਿਲਮ ਨਾਲ ਦੋ ਹੋਰ ਨਾਮ ਜੁੜੇ ਹੋਏ ਹਨ, ਅੱਜ ਦੇ ਵੱਡੇ ਨੌਜਵਾਨ ਰਾਈਟਰ ਹਨ। ਇੱਕ ਇੰਦਰਪਾਲ ਸਿੰਘ ਹੈ ਅਤੇ ਦੂਜਾ ਗੁਰਪ੍ਰੀਤ ਸਹਿਜੀ ਹੈ। ਮੈਨੂੰ ਲੱਗਦਾ ਦੋਵਾਂ ਦਾ ਆਪਸ ਵਿੱਚ ਕੋਈ ਤਾਲਮੇਲ ਹੀ ਨਹੀਂ ਹੈ। ਇੰਦਰਪਾਲ ਸਿੰਘ ਬਾਰੇ ਤਾਂ ਮੈਂ ਪਹਿਲਾਂ ਵੀ ਕਹਿੰਦਾ ਹਾਂ ਵੀ ਉਹਨੂੰ ਸ਼ਾਇਦ ਪੰਜਾਬ ਦੀ ਬੈਕਗਰਾਊਂਡ, ਪੰਜਾਬ ਦੇ ਸੁਭਾਅ, ਪੰਜਾਬ ਦੀ ਬੋਲਚਾਲ, ਪੰਜਾਬ ਦੇ ਲਹਿਜੇ, ਇਹਨਾਂ ਚੀਜ਼ਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਇੱਦਾਂ ਲੱਗਦਾ ਆ ਵੀ ਉਹ ਹਿੰਦੀ ਫਿਲਮਾਂ ਦੀ ਇੱਧਰ ਉੱਧਰੋਂ ਟੋਟ ਕੇ ਜੋੜ ਲੈਂਦਾ ਆ ਅਤੇ ਉਹਨੂੰ ਪੰਜਾਬੀ ਦੀ ਪਾਲਿਸ਼ ਕਰ ਦਿੱਤੀ ਜਾਂਦੀ ਆ ਵੀ ਫਿਲਮ ਪੰਜਾਬੀ 'ਚ ਬਣਾਉਣੀ ਆ। ਇਸੇ ਕਰਕੇ ਉਹਨਾਂ ਦੀਆਂ ਲਿਖੀਆਂ ਬਹੁਤੀਆਂ ਫਿਲਮਾਂ ਫਲੋਪ ਹੀ ਹੋਈਆਂ ਆ। ਮੈਂ ਤਾਂ ਕਈ ਵਾਰੀ ਦੇਵ ਖਰੋੜ ਬਾਰੇ ਵੀ ਕਿਹਾ ਆ ਵੀ ਇਹ ਜਿਹੜੇ ਚਮਚਾਗਿਰੀ ਵਾਲੇ ਲੇਖਕ ਹੁੰਦੇ ਆ ਜਿਹਨਾਂ ਨੂੰ ਤੁਸੀਂ ਆਪਣੀ ਜੇਬ 'ਚ ਪਾਈ ਫਿਰਦੇ ਆ, ਜਿਹੜੇ ਬਾਈ ਜੀ ਬੱਲੇ ਕਰਦੇ ਫਿਰਦੇ ਆ, ਇਹਨਾਂ ਦੇ ਬਹਿਕਾਵੇ ਵਿੱਚ ਨਾ ਆਵੋ। ਇੱਕ ਚੰਗਾ ਐਕਟਰ ਸਕ੍ਰਿਪਟ ਵਿੱਚ ਵੜਦਾ ਹੈ, ਉਹਨੂੰ ਸਮਝਦਾ ਹੈ, ਫਿਰ ਹਾਂ ਜਾਂ ਨਾ ਕਰਦਾ। ਅਸੀਂ ਅਨੂਪਮ ਖੇਰ ਅਤੇ ਨਸੀਰੁਦੀਨ ਸ਼ਾਹ ਵਰਗੇ ਐਕਟਰ ਦੇਖੇ ਹਨ ਜਿਹੜੇ ਫਿਲਮ ਦੇ ਸੈੱਟ ਦੀ ਸ਼ੂਟਿੰਗ 'ਤੇ ਜਾ ਕੇ ਵੀ ਲੋਕਾਂ ਦੇ ਆਏ ਸਕ੍ਰਿਪਟ ਪੜ੍ਹਦੇ ਰਹਿੰਦੇ ਸੀ। ਸ਼ੋਟ ਹੋਣਾ ਤਾਂ ਸ਼ੋਟ ਦੇ ਆਉਣਾ, ਆ ਕੇ ਸਕ੍ਰਿਪਟ ਪੜ੍ਹਨ ਲੱਗ ਪੈਣਾ ਵੀ ਉਹ ਐਕਟਰ ਹਨ। ਸਾਡਾ ਦੇਵ ਖਰੋੜ ਵੀ ਐਕਟਰ ਆ। ਅਸੀਂ ਕਹਿੰਦੇ ਹਾਂ ਉਹ ਸਕ੍ਰਿਪਟ ਲਿਖਣ ਦੀ ਬਜਾਏ ਸਕ੍ਰਿਪਟ ਨੂੰ ਪੜ੍ਹਨ ਅਤੇ ਸਕ੍ਰਿਪਟ ਨੂੰ ਸਮਝਣ ਵੱਲ ਜ਼ਿਆਦਾ ਧਿਆਨ ਦੇਵੇ। ਐਕਟਿੰਗ ਉਹ ਬਹੁਤ ਵਧੀਆ ਕਰ ਸਕਦਾ ਹੈ, ਪਰ ਜੇ ਸਕ੍ਰਿਪਟ ਵਧੀਆ ਹੋਊਗਾ। ਦੋਸਤੋ, ਇਹ 3 ਪੀੜ੍ਹੀਆਂ ਦੀ ਕਹਾਣੀ ਜੀ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਪਹਿਲੇ ਬਲੈਕੀਆ 'ਚ ਤਾਂ ਬਾਰਡਰ ਦੀ ਸਮਗਲਿੰਗ ਸੀ, ਇੱਥੇ ਫਿਰ ਉੱਥੋਂ ਲੈ ਕੇ ਅਤੇ ਸਾਰਾ ਇੰਡੀਆ ਦਾ ਨੈੱਟਵਰਕ ਹੀ ਦਿਖਾ ਦਿੱਤਾ ਗਿਆ। ਉਹ ਨੈੱਟਵਰਕ ਵੀ ਬੜਾ ਹਾਸੋਹੀਣਾ ਜਿਹਾ ਦਿਖਾਇਆ ਆ, ਇੱਕ ਨਕਸ਼ੇ ਉੱਤੇ ਡਿਜੀਟਲ ਲਕੀਰਾਂ ਜਿਹੀਆਂ ਖਿੱਚ ਕੇ ਬਸ ਕਹਿ ਦਿੱਤਾ ਗਿਆ ਜੀ ਹੁਣ ਗੁਰਨਾਮ ਸਿੰਘ ਦਾ ਅੰਪਾਇਰ ਇੱਥੇ ਤੱਕ ਪਹੁੰਚ ਗਿਆ ਆ। ਉਹ ਭਾਈ, ਇੱਦਾਂ ਦੀਆਂ ਛੂਲੀਆਂ ਮੂਲੀਆਂ ਨਾ ਕਰੋ, ਦਰਸ਼ਕ ਹੁਣ ਬਹੁਤ ਸਿਆਣਾ ਹੋ ਚੁੱਕਾ ਆ। ਦਰਸ਼ਕ ਅੱਜ ਕੱਲ੍ਹ ਐਨੀਮਲ ਦੇਖਦਾ ਹੈ। ਤੁਸੀਂ ਐਨੀਮਲ ਵਿੱਚ ਦੇਖਿਆ ਵੀ ਜਿਹੜਾ ਤਾਣਾ ਬਾਣਾ ਜਦ ਕਿਸੇ ਬੰਦੇ ਦਾ ਵੱਡਾ ਹੁੰਦਾ ਆ ਅਤੇ ਉਹਨੂੰ ਕਿੰਨਾ ਲੈਵਿਸ਼ਲੀ ਦਿਖਾਇਆ ਗਿਆ ਆ, ਅਤੇ ਤੁਸੀਂ ਇੱਕ ਨਕਸ਼ੇ ਉੱਤੇ ਡਿਜੀਟਲ ਲਕੀਰਾਂ ਜਿਹੀਆਂ ਖਿੱਚ ਕੇ ਆਖ ਦਿੱਤਾ ਵੀ ਇਹਦਾ ਅੰਪਾਇਰ ਹੁਣ ਇੰਨਾ ਵੱਡਾ ਹੋ ਗਿਆ ਆ। ਫਿਲਮ ਵਿੱਚ ਹਾਜੀ ਮਸਤਾਨ ਨਾਲ ਨੇੜਤਾ ਦਿਖਾਈ ਆ। ਉਹ ਹਾਜੀ ਮਸਤਾਨ ਇੱਕ ਸਮੁੰਦਰ ਕੰਢੇ ਖੜਾ ਹੀ ਮਿਲਦਾ ਆ, ਇਹਨਾਂ ਨੂੰ ਪਤਾ ਹੀ ਨਹੀਂ ਵੀ ਹਾਜੀ ਸਾਹਿਬ ਦਾ ਕੀ ਜਲਾਓ ਹੁੰਦਾ ਸੀ। ਅਸੀਂ ਤਾਂ ਉਸ ਵੇਲੇ ਦੇਖਿਆ ਸੁਣਿਆ ਹੈ, ਉਹਨਾਂ ਨੂੰ ਮਿਲਣਾ ਇੰਨਾ ਆਸਾਨ ਨਹੀਂ ਹੁੰਦਾ ਸੀ। ਔਰ ਇੱਦਾਂ ਲੱਗਦਾ ਆ ਵੀ ਇਹਦੇ ਨਾਲੋਂ ਵਧੀਆ ਤਾਂ ਹਾਜੀ ਮਸਤਾਨ ਦੇ ਜਿਹੜੇ ਘਰ ਦੇ ਨੌਕਰ ਚਾਕਰ ਹੋਣਗੇ ਉਹਨਾਂ ਦਾ ਹੀ ਵਧੀਆ ਠਾਠ ਬਾਠ ਹੋਊਗਾ। ਅਤੇ ਅਸੀਂ ਪੰਜਾਬੀ ਹਾਂ ਬਈ, ਅਸੀਂ ਤਾਂ ਹਾਜੀ ਮਸਤਾਨ ਨੂੰ ਵੀ ਨਾ ਇੱਕ ਕਤੂਰਾ ਜਿਹਾ ਬਣਾ ਕੇ ਪੇਸ਼ ਕਰ ਦਿੱਤਾ ਆ। ਫਿਰ ਸਾਡੇ ਗਾਮਾ ਸਾਹਿਬ MLA ਵੀ ਬਣ ਗਏ ਆ, ਇਲੈਕਸ਼ਨ ਵੀ ਲੜਦੇ ਆ, ਲੀਡਰ ਵੀ ਬਣ ਗਏ ਆ। ਸਮਗਲਰ ਤੋਂ ਲੀਡਰ ਵੀ ਉਹਨੂੰ
ਡਾਇਲਾਗਾਂ ਵਿੱਚ ਬੋਲ ਕੇ ਹੀ ਦਿਖਾ ਦਿੱਤਾ ਗਿਆ ਵੀ ਹੁਣ ਇਹ MLA ਬਣ ਗਿਆ ਆ, ਹੁਣ ਇਹ ਨੇਤਾ ਬਣ ਗਿਆ ਆ। ਇੱਦਾਂ ਹੀ ਫਿਲਮ ਵਿੱਚ ਇੱਕ ਇੰਦਰਾ ਗਾਂਧੀ ਵੀ ਵਿਖਾਈ ਆ, ਉਹ ਇੱਦਾਂ ਲੱਗਦਾ ਆ ਵੀ ਕਿਸੇ ਸਕੂਲ ਵਿੱਚ ਕੋਈ ਚਿੱਪੜਾ ਸੰਜੇ ਬੈਠੀ ਫੋਨ 'ਤੇ ਗੱਲ ਕਰ ਰਹੀ ਹੋਵੇ। ਉਹ ਭਾਈ ਕੁਛ ਤਾਂ ਰਹਿਮ ਕਰ ਲਓ, ਇੰਦਰਾ ਗਾਂਧੀ ਦਿਖਾਉਣੀ ਕੋਈ ਜ਼ਰੂਰੀ ਨਹੀਂ ਹੁੰਦੀ। ਜਾਂ ਕਿਸੇ ਦਾ ਠਾਠ ਬਾਠ ਦਿਖਾਉਣਾ ਆ ਉਹਦੇ 'ਤੇ ਫਿਰ ਮਾਇਆ ਦੇ ਮੂੰਹ ਵੀ ਖੋਲ੍ਹੋ, ਫਿਰ ਉਹ ਕੈਨਵਸ ਦਿਖਾਓ, ਫਿਰ ਉਹ ਗਰੇਂਜਰ ਦਿਖਾਓ। ਇਸ ਫਿਲਮ ਦੀ ਕਹਾਣੀ ਬਾਰੇ ਤਾਂ ਮੈਂ ਕੋਈ ਗੱਲ ਕਰਨੀ ਨਹੀਂ, ਕਿਉਂਕਿ ਕਹਾਣੀ ਹੈ ਹੀ ਨਹੀਂ। ਬਸ ਟੋਟਕੇ ਇਕੱਠੇ ਕਰ ਲਓ, ਉਹਨਾਂ ਨੂੰ ਜੋੜ ਦਿਓ ਅਤੇ ਬਸ ਐਕਸ਼ਨ ਕਰ ਲਓ ਜੀ। ਐਕਸ਼ਨ ਵੀ ਸਾਡਾ ਸਾਊਥ ਇੰਡੀਅਨ ਸਟਾਈਲ ਆ। ਉਹ ਭਾਈ ਤੁਸੀਂ RRR ਬਣਾਉਣ ਵੱਲ ਨੂੰ ਨਾ ਤੁਰੋ, ਤੁਸੀਂ ਪੰਜਾਬੀ ਫਿਲਮਾਂ ਬਣਾਓ। ਪੰਜਾਬੀ ਫਿਲਮਾਂ ਵੀ ਘੈਂਟ ਬਣ ਸਕਦੀਆਂ ਆ, ਪੰਜਾਬੀਆਂ ਦਾ ਲੜਾਈ ਕਰਨ ਦਾ, ਪੰਜਾਬੀਆਂ ਦਾ ਘਸੁੰਨ ਮਾਰਨ ਦਾ, ਪੰਜਾਬੀਆਂ ਦਾ ਗਾਲ ਕੱਢਣ ਦਾ ਇੱਕ ਆਪਣਾ ਹੀ ਲਹਿਜਾ ਹੁੰਦਾ ਆ, ਉਹ ਕਿਤੇ ਨਜ਼ਰ ਨਹੀਂ ਆਇਆ। ਦੋਸਤੋ, ਪਹਿਲੀ ਬਲੈਕੀਆ ਵਿੱਚ ਵੀ ਇਹੀ ਐਕਸ਼ਨ ਮਾਸਟਰ KA Ganesh ਸੀ, ਪਰ ਉਸ ਫਿਲਮ ਦੇ ਡਾਇਰੈਕਟਰ ਸੁਖਮਿੰਦਰ ਤੰਜਲ ਨੇ ਉਹਦੇ ਤੋਂ ਕੰਮ ਪੰਜਾਬੀ ਸਟਾਈਲ 'ਚ ਹੀ ਲਿਆ। ਫਿਲਮ ਦੇ ਕੁਛ ਸੀਨ ਹਲੂਨ ਦਿੰਦੇ ਸਨ। ਦੇਵ ਖਰੌੜ ਥਾਣੇ ਵਿੱਚ ਥਾਣੇਦਾਰ ਦੇ ਮੂੰਹ 'ਤੇ ਇੱਕ ਚਪੇੜ ਜਰਦਾ ਆ ਅਤੇ ਉਸ ਤੋਂ ਬਾਅਦ ਉਹਦੇ ਨਾਲ ਕੀ ਹੁੰਦਾ ਆ, ਇਹੋ ਜਿਹਾ ਸੀਨ ਹਲੂਨ ਕੇ ਰੱਖ ਦਿੰਦੇ ਆ। ਅੰਤ ਵਿੱਚ ਮਾਂ ਵੱਲੋਂ ਪੁੱਤ ਨੂੰ ਗੋਲੀ ਮਾਰਨੀ, ਭਾਵੇਂ ਇਹ ਸੀਨ ਮਦਰ ਇੰਡੀਆ ਤੋਂ ਪ੍ਰੇਰਿਤ ਹੋ ਸਕਦਾ ਆ, ਪਰ ਉਹ ਆਪਣੇ ਆਪ ਵਿੱਚ ਇੱਕ ਮੁਕੰਮਲ ਸੀਨ ਸੀ। ਇਮੋਸ਼ਨ ਛੱਡ ਕੇ ਜਾਂਦਾ ਆ, ਹਾਵ ਭਾਵ ਛੱਡ ਕੇ ਜਾਂਦਾ ਆ। ਪਰ ਆ ਨਵੀਂ ਬਲੈਕੀਆ No. 2 ਵਿੱਚ ਕੋਈ ਵੀ ਅਜਿਹਾ ਸੀਨ ਨਹੀਂ ਜਿਹੜਾ ਦਰਸ਼ਕਾਂ ਨੂੰ ਕਨੈਕਟ ਕਰ ਸਕੇ, ਜਿਹੜਾ ਦਰਸ਼ਕਾਂ ਨੂੰ ਭਾਵਕ ਕਰ ਸਕੇ, ਅਤੇ ਇਹੀ ਕਾਰਨ ਹੈ ਕਿ ਫਿਲਮ ਤੁਹਾਡੇ ਦਿਲ ਤੱਕ ਨਹੀਂ ਉਤਰਦੀ। ਦੋਸਤੋ, ਫਿਲਮ ਦੇ ਐਕਟਰਾਂ ਦੀ ਗੱਲ ਕਰਨ ਤੋਂ ਪਹਿਲਾਂ ਫਿਲਮ ਬਣਾਉਣ ਵਾਲਿਆਂ ਦੀ ਗੱਲ ਵੀ ਕਰ ਲੈਂਦੇ ਹਾਂ। ਇਸ ਫਿਲਮ ਨੂੰ ਪਹਿਲੀ ਬਲੈਕੀਆ ਵਾਲੇ ਵਿਵੇਕ ਓਰੀ ਨੇ ਪ੍ਰੋਡਿਊਸ ਕੀਤਾ ਆ, ਉਹਨਾਂ ਦੇ ਨਾਲ ਮੋਨਾ ਓਰੀ ਅਤੇ ਸੰਦੀਪ ਬਾਂਸਲ ਦਾ ਨਾਮ ਵੀ ਫਿਲਮ ਦੇ ਪ੍ਰੋਡਿਊਸਰਾਂ ਵਿੱਚ ਹੈ, ਅਤੇ ਨਵਨੀਤ ਸਿੰਘ ਨੇ ਫਿਲਮ ਨੂੰ ਡਾਇਰੈਕਟ ਕੀਤਾ ਆ। ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ, ਉਹ ਡਾਇਰੈਕਟਰ ਤਾਂ ਵਧੀਆ ਹਨ ਪਰ ਇਸ ਫਿਲਮ 'ਚ ਪੂਰੀ ਤਰ੍ਹਾਂ ਹੀ ਉਹਨਾਂ ਨੇ ਮਿਸ ਫਾਇਰ ਕਰ ਦਿੱਤਾ ਆ। ਸੰਗੀਤ ਦੇਸੀ ਕ੍ਰਿਊ ਦਾ ਹੈ, ਗੀਤ ਗਿੱਲ ਰੌਂਤਾ ਨੇ ਲਿਖੇ ਹਨ, ਪਰ ਕੋਈ ਵੀ ਗੀਤ ਅਜਿਹਾ ਨਹੀਂ ਜਿਹੜਾ ਹਾਲ 'ਚੋਂ ਬਾਹਰ ਆ ਕੇ ਤੁਸੀਂ ਗੁਣਗੁਣਾ ਸਕੋ ਜਾਂ ਤੁਹਾਡੇ ਜ਼ਿਹਨ ਵਿੱਚ ਵੜ ਗਿਆ ਹੋਵੇ। ਅਤੇ ਹੁਣ ਆਪਾਂ ਆਉਂਦੇ ਹਾਂ ਫਿਲਮ ਦੇ ਐਕਟਰਾਂ ਵੱਲ। ਦੋਸਤੋ, ਮੈਂ ਫਿਰ ਕਹਾਂਗਾ ਕਿ ਮੈਂ ਦੇਵ ਖਰੌੜ ਦਾ ਫੈਨ ਹਾਂ, ਮੈਨੂੰ ਉਹ ਵਧੀਆ ਐਕਟਰ ਲੱਗਦਾ ਆ, ਪਰ ਇਸ ਫਿਲਮ ਵਿੱਚ ਉਸਨੇ ਨਿਰਾਸ਼ ਕੀਤਾ ਆ। ਭਾਰ ਬਹੁਤ ਵੱਧ ਗਿਆ ਆ, ਗੋਗੜ ਨਿਕਲ ਗਈ ਆ, ਔਰ ਮੈਂ ਤਾਂ ਇਹੀ ਕਹਾਂਗਾ ਵੀ ਦੇਵ ਖਰੌੜ ਨੂੰ ਹੁਣ ਆਪਣੇ ਵੱਲ ਖਿਆਲ ਦੇਣਾ ਚਾਹੀਦਾ ਆ। ਆ ਕਹਾਣੀਆਂ ਕਹਾਣੀਆਂ ਲਿਖਣ ਦੀ ਲੋੜ ਨਹੀਂ, ਕਹਾਣੀਆਂ ਤਾਂ ਪੜ੍ਹੋ, ਸੁਣੋ ਲੋਕਾਂ ਤੋਂ, ਫਿਰ ਸੋਚੋ ਵੀ ਕੰਮ ਕਰਨਾ ਕਿ ਨਹੀਂ ਕਰਨਾ। ਬ੍ਰਦਰ ਤੋਂ ਆਪਣਾ ਭਾਰ ਵੀ ਘਟਾ, ਅਤੇ ਆ ਗੋਗੜ ਜਿਹੀ ਆ ਹੀਰੋ ਚੰਗਾ ਵੀ ਨਹੀਂ ਲੱਗਦਾ। ਔਰ ਉਸ ਦੀਆਂ ਪਹਿਲੀਆਂ ਫਿਲਮਾਂ ਵਿੱਚ ਜਿਹੜਾ ਕਰੰਟ ਮੈਂ ਇਸ ਨੌਜਵਾਨ ਵਿੱਚ ਵੇਖਿਆ ਸੀ ਉਹ ਇਸ ਫਿਲਮ ਵਿੱਚ ਗਾਇਬ ਹੈ। ਨਾ ਉਹ ਗੁੱਸਾ, ਨਾ ਉਹ ਰਿਐਕਸ਼ਨ, ਨਾ ਉਹ ਅੱਗ, ਉਹ ਕਿੱਥੇ ਚਲੇ ਗਈ? ਖੈਰ, ਜਦ ਸਕ੍ਰਿਪਟ ਵਧੀਆ ਨਾ ਹੋਵੇ ਤਾਂ ਇਹੀ ਕੁਛ ਹੁੰਦਾ ਹੈ। ਦੋਸਤੋ, ਜਪਜੀ ਖਹਿਰਾ ਨੇ ਪ੍ਰਸੰਨ ਕੀਤਾ ਆ। ਇਸ ਤੋਂ ਪਹਿਲਾਂ ਚੇਤਾ ਸਿੰਘ ਵਿੱਚ ਵੀ ਉਹਦਾ ਰੋਲ ਬੜਾ ਘੈਂਟ ਸੀ, ਅਤੇ ਇਸ ਫਿਲਮ ਵਿੱਚ ਵੀ ਉਹਨੇ ਆਪਣੇ ਕਿਰਦਾਰ ਨਾਲ ਪੂਰਾ ਨਿਭਾ ਕੀਤਾ ਆ। ਪਰ ਫਿਲਮ ਦੇ ਲੇਖਕਾਂ ਨੇ ਨਿਭਾ ਨਹੀਂ ਕੀਤਾ। ਮਤਲਬ ਆਪਾਂ ਹੁਣ ਕੀ ਕਹੀਏ, ਸਾਡੇ ਲੇਖਕ ਸਾਹਿਬਾਨ ਨੇ ਇੱਕ ਦੇਸੀ ਸ਼ਰਾਬ ਕੱਢਣ ਵਾਲੀ ਮੁਟਿਆਰ ਨੂੰ ਚੱਕ ਕੇ ਸਿਆਸਤਦਾਨ ਬਣਾ ਦਿੱਤਾ। ਉਹ ਇੱਦਾਂ ਲੱਗਦਾ ਜਿੱਦਾਂ ਭੱਠੀ 'ਤੇ ਸ਼ਰਾਬ ਕੱਢਦੀ ਕੱਢਦੀ ਹੁਣ ਲੀਡਰ ਬਣ ਗਈ ਆ। ਮੈਨੂੰ ਤਾਂ ਹਾਸਾ ਆਉਂਦਾ ਸੀ, ਤੁਸੀਂ ਪਤਾ ਨਹੀਂ ਕੀ ਸਮਝੋਗੇ। ਖੈਰ, ਉਹਨੇ ਕੰਮ ਬਹੁਤ ਵਧੀਆ ਕੀਤਾ, ਇੱਕ ਉਹ ਭੱਠੀ ਤੋਂ ਸ਼ਰਾਬ ਕੱਢਣ ਵਾਲੀ ਕਿਰਦਾਰ ਦੇ ਰੂਪ ਵਿੱਚ ਵੀ ਅਤੇ ਬਾਅਦ ਵਿੱਚ ਵੀ। ਅਤੇ ਦੂਜੀ ਹੀਰੋਇਨ ਦਾ ਨਾਂ ਹੈ ਅਰੁਸ਼ੀ ਸ਼ਰਮਾ, ਉਹ ਤਾਂ ਬਸ ਅਖੀਰ ਜਿਹੇ ਵਿੱਚ 3-4 ਦ੍ਰਿਸ਼ਾਂ ਵਿੱਚ ਹੀ ਆਉਂਦੀ ਆ, ਅਤੇ 6 ਪੀਸ ਜਿਹਾ ਹੀ ਬਣੀ ਹੋਈ ਆ। ਉਹ ਸਾਡੇ ਗਾਮਾ ਸਾਹਿਬ ਦੀ ਪਤਨੀ ਦਿਖਾਈ ਹੋਈ ਆ, ਅਤੇ ਉਹਦੇ ਤਾਂ ਨਾ ਕੁਛ ਕਰਨ ਲਈ ਸੀ ਅਤੇ ਨਾ ਕੁਛ ਉਹਨੇ ਕੀਤਾ।
ਫਿਲਮ ਵਿੱਚ ਕਲਾਕਾਰਾਂ ਦੀ ਬਹੁਤ ਵੱਡੀ ਫੌਜ ਆ। ਕਈਆਂ ਨੇ ਮੈਨੂੰ ਪ੍ਰਭਾਵਿਤ ਵੀ ਬਹੁਤ ਕੀਤਾ। ਪਰਮਵੀਰ ਬਹੁਤ ਸੋਹਣਾ ਲੱਗਿਆ, ਉਹਦੀ ਦਿੱਖ ਬੜੀ ਵਧੀਆ ਬਣਾਈ ਗਈ, ਉਹਦਾ ਕੰਮ ਬਹੁਤ ਵਧੀਆ, ਉਹ ਡਾਇਲਾਗ ਬਹੁਤ ਵਧੀਆ ਬੋਲਦਾ ਹੈ। ਪਤਾ ਨਹੀਂ ਪੰਜਾਬੀ ਫਿਲਮਾਂ ਵਾਲਿਆਂ ਨੂੰ ਇਹੋ ਜਿਹੇ ਐਕਟਰ ਨਜ਼ਰ ਕਿਉਂ ਨਹੀਂ ਆਉਂਦੇ। ਰਾਜ ਸਿੰਘ ਝਿੰਜਰ ਨੂੰ ਵੀ ਵਧੀਆ ਰੋਲ ਮਿਲਿਆ ਆ, ਉਹ ਵੀ ਐਕਟਰ ਬਹੁਤ ਵਧੀਆ ਹਨ, ਪਰ ਬਹੁਤ ਸਾਰੀਆਂ ਫਿਲਮਾਂ ਵਿੱਚ ਉਹਨੂੰ ਵੀ ਐਵੇਂ ਦੁੱਕੀ ਤਿੱਕੀ ਜਿਹੀ ਰੋਲ ਦੇ ਦਿੰਦੇ ਰਹੇ। ਹੁਣ ਇੱਕ ਐਕਟਰ ਨੂੰ ਜਦ ਤੁਸੀਂ ਕਰਨ ਲਈ ਕੁਛ ਨਾ ਦਿਓਗੇ ਤਾਂ ਉਹ ਕਰੂਗਾ ਕੀ। ਖੈਰ ਰਾਜ ਸਿੰਘ ਝਿੰਜਰ ਸ਼ਾਬਾਸ਼ ਦਾ ਹੱਕਦਾਰ ਆ, ਉਹਦਾ ਕਿਰਦਾਰ ਬਹੁਤ ਵਧੀਆ ਹੈ। ਥਾਣੇਦਾਰ ਦੇ ਰੋਲ ਵਿੱਚ ਯਾਦ ਗਰੇਵਾਲ ਨੇ ਵੀ ਬੜਾ ਪ੍ਰਭਾਵਿਤ ਕੀਤਾ ਆ। ਦਕਸ਼ ਅਜੀਤ ਸਿੰਘ ਦਾ ਵੀ ਕੰਮ ਵਧੀਆ ਆ, ਪਰ ਉਹਦਾ ਵੀ ਰੋਲ ਕੋਈ ਐਸਟੈਬਲਿਸ਼ ਨਹੀਂ ਕੀਤਾ ਗਿਆ, ਉਹ ਐਵੇਂ ਸਟਿਪਣੀ ਜਿਹਾ ਹੀ ਰੋਲ ਆ। ਅਸਲੀ ਡਾਇਰੈਕਟਰ ਤਾਂ ਉਹ ਹੁੰਦੇ ਆ ਜਿਹੜੇ ਛੋਟੇ ਛੋਟੇ ਰੋਲ ਵਿੱਚੋਂ ਵੀ ਨਾ ਕਿਰਦਾਰਾਂ ਨੂੰ ਇੱਦਾਂ ਕੱਢ ਲਿਆਉਂਦੇ ਆ ਕਿ ਐਕਟਰ ਦੋ ਦ੍ਰਿਸ਼ਾਂ ਵਿੱਚ ਹੀ ਆਪਣੀ ਬੱਲੇ ਬੱਲੇ ਕਰਾ ਜਾਂਦਾ ਆ। ਪਰ ਉਹ ਤਾਂ ਹੀ ਆ ਜੇ ਸਾਰੇ ਕਿਰਦਾਰਾਂ ਵੱਲ ਲੇਖਕ ਵੀ ਧਿਆਨ ਦੇਣ, ਡਾਇਰੈਕਟਰ ਵੀ ਧਿਆਨ ਦੇਵੇ ਵੀ ਮੈਂ ਇੱਕ ਇੱਕ ਕਰੈਕਟਰ 'ਚ ਜਾਣ ਪਾਉਣੀ ਆ। ਕੁਮਾਰ ਅਜੇ ਅਤੇ ਜੱਗੀ ਧੂਰੀ ਦਾ ਕੰਮ ਵੀ ਮੈਨੂੰ ਵਧੀਆ ਲੱਗਿਆ। ਇੱਕ ਹੋਰ ਕਰੈਕਟਰ ਜਿਹੜਾ ਬਹੁਤ ਪ੍ਰਭਾਵਿਤ ਕਰਦਾ ਆ ਉਹ ਸੈਮੂਅਲ ਜੌਹਨ ਹੈ। ਸੈਮੂਅਲ ਜੌਹਨ ਤਾਂ ਵਾਕਿਆ ਹੀ ਕਮਾਲ ਆ, ਹਰ ਸੀਨ ਵਿੱਚ ਉਹ ਆਪਣੇ ਸਾਹਮਣੇ ਵਾਲੇ ਨੂੰ ਖਾ ਜਾਂਦਾ ਹੈ। ਛਵਿੰਦਰ ਮਾਲ, ਸੁਖੀ ਚਾਲ, ਲੱਕੀ ਧਾਲੀਵਾਲ ਆਰਟਿਸਟ ਤਾਂ ਵਧੀਆ ਹਨ, ਪਰ ਫਿਲਮ ਦੇ ਵਿੱਚ ਨਾ ਤਾਂ ਕੁਝ ਇਹਨਾਂ ਦੇ ਕਰਨ ਲਈ ਸੀ ਅਤੇ ਨਾ ਕੁਛ ਸਾਹਮਣੇ ਆਇਆ ਜੀ। ਜਗਤਾਰ ਸਿੰਘ ਬੈਨੀਪਾਲ ਦਾ ਵੀ ਇੱਕ ਸੀਨ ਹੈ ਅਤੇ ਸਾਡੀ ਅਦਾਕਾਰ ਕੁਲਵੰਤ ਖੁਰਮੀ ਦਾ ਵੀ ਇੱਕ ਸੀਨ ਆ। ਇਹ ਕਰੈਕਟਰ ਬਹੁਤ ਵਧੀਆ ਹਨ, ਕਰੈਕਟਰ ਐਕਟਰ ਹਨ, ਪਰ ਪਤਾ ਨਹੀਂ ਕਿਉਂ ਇਹਨਾਂ ਨੂੰ ਇੱਕ ਜਾਂ ਦੋ ਦ੍ਰਿਸ਼ਾਂ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਆ। ਇਹ ਦੋਨੋਂ ਕਲਾਕਾਰ, ਇਹਨਾਂ ਦੀ ਦਿੱਖ, ਇਹਨਾਂ ਦਾ ਪ੍ਰਭਾਵ ਬੜਾ ਪ੍ਰਭਾਵਸ਼ਾਲੀ ਲੱਗਦਾ ਆ, ਪਰ ਫਿਲਮ ਵਿੱਚ ਇੱਕ ਅੱਧੀ ਵਾਰ ਹੀ ਨਜ਼ਰ ਆਉਂਦੇ ਆ, ਮੁੜ ਕੇ ਗਾਇਬ ਹੋ ਜਾਂਦੇ ਆ। ਫਿਰ ਵੀ ਇਹਨਾਂ ਦੇ ਇੱਕ ਇੱਕ ਦ੍ਰਿਸ਼ ਦੀ ਮੈਂ ਤਾਰੀਫ ਕਰੂੰਗਾ। ਸਕਰੀਨ ਉੱਤੇ ਬਹੁਤ ਸੋਹਣੇ ਲੱਗਦੇ ਆ ਅਤੇ ਕੰਮ ਵਿੱਚ ਵੀ ਸਹਿਜਤਾ ਹੈ। ਅਤੇ ਦੋਸਤੋ, ਅੰਤ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਬਲੈਕੀਆ 2 ਨੇ ਨਿਰਾਸ਼ ਕੀਤਾ ਆ। ਬਲੈਕੀਆ 1 ਤੋਂ ਜਿਹੜੀਆਂ ਆਸਾਂ ਬੱਝੀਆਂ ਸਨ ਜਾਂ ਮੋੜ ਤੋਂ ਬਾਅਦ ਦੇਵ ਖਰੋੜ ਤੋਂ ਜੋ ਉਮੀਦ ਬੱਝੀ ਸੀ ਉਹ ਇਸ ਫਿਲਮ ਨੇ ਤੋੜੀ ਆ। ਇਹ ਫਿਲਮ ਦਰਸ਼ਕ ਨੂੰ ਆਪਣੇ ਨਾਲ ਕਨੈਕਟ ਨਹੀਂ ਕਰ ਪਾਉਂਦੀ ਔਰ ਸਾਡੀ ਜ਼ਮੀਨ, ਸਾਡੇ ਸੱਭਿਆਚਾਰ ਅਤੇ ਸਾਡੀ ਪੰਜਾਬੀਅਤ ਤੋਂ ਦੂਰ ਦੂਰ ਜਿਹੀ ਨਜ਼ਰ ਆਉਂਦੀ ਆ ਅਤੇ ਇਸ ਨੇ ਮੈਨੂੰ ਨਿਰਾਸ਼ ਕੀਤਾ ਆ। ਦੋਸਤੋ, ਅੰਤ ਵਿੱਚ ਮੇਰੀ ਤੁਹਾਨੂੰ ਫਿਰ ਬੇਨਤੀ ਹੈ ਕਿ ਜਾਂਦੇ ਜਾਂਦੇ ਤੁਸੀਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਜਾਇਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।